ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਮੇਰੇ ਸਾਰੇ ਵੀਰੋ। ਸੋ ਜਿਉਂ ਜੀ ਜਿਵੇਂ ਮੈਂ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਦੱਸਿਆ ਸੀ ਕਿ ਅੱਜ ਡੇ ਥ੍ਰੀ ਨਹੀਂ ਹੈ, ਬਟ ਹੁਣ ਛੜੀਆਂ ਦਾ ਐਪੀਸੋਡ ਸਟਾਰਟ ਹੋਣ ਵਾਲਾ ਹੈ। ਅਤੇ ਛੜੀਆਂ ਦੇ ਵਿੱਚ ਕੀ ਹੈ ਕਿ ਪਹਿਲੇ ਹਸਬੈਂਡ ਵਾਈਫ ਇਹ ਆਪਸ 'ਚ ਛੜੀਆਂ ਮਾਰਦੇ ਆ, 7 ਵਾਰੀ ਮਾਰਦੀਆਂ ਨੇ ਛੱਟੀਆਂ ਮਾਰਦੇ ਨੇ, ਦੈਨ ਦਿਓਰ ਅਤੇ ਭਰਜਾਈ ਮਾਰਦੇ ਇੱਕ ਦੂਜੇ ਨੂੰ। ਦੇਖਦੇ ਹਾਂ ਤੁਹਾਨੂੰ ਪੂਰਾ ਐਪੀਸੋਡ ਖੇਡਦੇ ਵੈਸੇ ਤਾਂ ਮਾਰਦੇ ਹੀ ਆ, ਬਟ ਉਹ ਖੇਡਦੇ ਆ। ਸੋ ਪੂਰਾ ਐਪੀਸੋਡ ਦਿਖਾਵਾਂਗੇ, ਬੜਾ ਵਧੀਆ ਹੋਣ ਵਾਲਾ ਇਹ ਚੀਜ਼, ਕਿਉਂਕਿ ਇਹਦੇ ਵਿੱਚ ਇੱਕ WWE ਰੈਸਲਿੰਗ ਟਾਈਪ ਦਿਖਾਊਂਗਾ ਮੈਂ। ਲੈਟਸ ਸੀ, ਵਾਚ। ਇਹ ਜੋ ਤੁਸੀਂ ਉਹਨੇ ਦੇਖ ਰਹੇ ਹੋ, ਇਹਦੇ ਵਿੱਚ ਜੋ ਪ੍ਰਿੰਸ ਹੈ ਉਹ ਛੜੀਆਂ ਜਿਹੜੀ ਹੈਗੀਆਂ ਉਹ ਵੇਚ ਰਿਹਾ ਉਹਨਾਂ ਨੂੰ। ਮੀਨਸ ਇਹ ਇੱਕ ਤਰ੍ਹਾਂ ਦਾ ਸਗਨ ਹੁੰਦਾ ਜਿਹਦੇ 'ਚ ਉਹ ਪੈਸੇ ਲਏਗਾ ਅਤੇ ਉਹ ਵੇਚੇਗਾ ਉਹਨਾਂ ਨੂੰ। ਨਹੀਂ ਹੋਰ ਨੀ ਮਾਰਨੀ, ਮਾਰ ਮੌਕਾ ਮਿਲਿਆ ਜੀ। ਖਾਈਏ ਮਿਜਲਾ ਭਾਬੀ ਜੀਜੇ ਖੜਾ ਕਰ ਲਾ ਉਧਰ ਮੂੰਹ ਮਾਰਾ ਅੱਖਾਂ ਮਿਜਲੋ ਸਾਰੀਆਂ ਸਾਰੀਆਂ ਜਿਹੜੀ ਸੱਤ ਲੱਗੀ ਕਿਉਂ ਦੋ ਮਾਰ ਦੇ
Thank you.
ਸਾਰੇ ਕੱਟੇ ਸੀਡੀਆਂ ਬਣਦੀਆਂ ਨੇ ਬਰਾਬਰੀ ਭਾਵੇਂ ਬਰਾਬਰੀ ਜਿੰਨੀ ਜ਼ੋਰ ਦੀ ਉੱਧਰ ਹੋਈ ਹੋ ਰਾਜ ਭਾਈ ਹੋ ਗਈਆਂ ਮਾਰ ਕਰੋ ਜੀ ਮੈਂ ਕੋਈ ਖੇਲਣਾ ਤੂੰ ਖੇਲੇਗਾ ਪੁੱਤ ਕੀ ਬਾਬੀ ਸਿਖਾਉਣਾ ਖੇਲੇਗਾ।
ਉਹਦੇ ਬਿੱਟੂ ਭਾਬੀ ਆ ਤੇ ਨਹੀਂ ਹੈਗੀ ਬਿੱਟੂ ਨਹੀਂ ਲੱਗਦੀ ਤੇ ਭਾਬੀ ਫੇਰ ਨਹੀਂ ਖੇਲ ਸਕਦਾ ਬੇਟਾ ਇਹ ਬੜਾ ਖੁੱਲਾ ਪਾਇਆ ਹੈ ਬੇਚਾਰਾ ਪਰੇ ਨੀ ਹੋ ਗਿਆ ਦੇਖ ਲੈ ਸੋ ਤੁਸੀਂ ਜਿਹੜੀ ਛੱਟੀਆਂ ਵੇਖੀਆਂ ਨੇ ਤੁਹਾਨੂੰ ਬਹੁਤ ਵਧੀਆ ਲੱਗੀਆਂ ਹੋਣਗੀਆਂ ਅਤੇ ਹੁਣ ਅਸੀਂ ਆਏ ਹਾਂ ਗੁਰਦੁਆਰੇ ਦਰਸ਼ਨ ਕਰਨ ਗੁਰਦੁਆਰੇ ਦਰਸ਼ਨ ਕਰਨ ਦੇ ਬਾਅਦ ਇਹਦੇ ਬਾਅਦ ਜਾਵਾਂਗੇ ਘਰ ਉੱਧਰ ਕਰਾਂਗੇ ਥੋੜ੍ਹਾ ਰੈਸਟ ਅਤੇ ਖਾਣਾ ਪੀਣਾ ਦੈਨ ਉਹਦੇ ਬਾਅਦ ਅਸੀਂ ਅੱਗੇ ਚੱਲਦੇ ਹਾਂ ਫਿਰ ਤੁਹਾਨੂੰ ਅੱਗੇ ਦਾ ਦਿਖਾਉਂਦੇ ਹਾਂ ਕੀ ਹੈ ਅੱਜ ਦੀ ਵੀਡੀਓ ਬਹੁਤ ਪਸੰਦ ਆਈ ਹੋਏਗੀ ਜਿਹਦੇ 'ਚ ਮੈਂ ਤੁਹਾਨੂੰ ਇੱਧਰ ਦਾ ਪੰਜਾਬ ਦਾ ਬੇਸਿਕ ਕਲਚਰ ਦਿਖਾਇਆ ਜਿਹਦੇ 'ਚ ਜਦ ਵੀ ਕੋਈ ਨਵੇਂ ਵਿਆਹੇ ਜੋੜੇ ਹੁੰਦੇ ਆ ਉਹ ਆਪਸ 'ਚ ਪਹਿਲੇ ਖੇਡਦੇ ਆ ਛੜੀਆਂ ਨਾਲ ਦੈਨ ਦਿਓਰ ਭਰਜਾਈ ਖੇਡਦੇ ਆ ਅਤੇ ਅੱਗੇ ਖੇਡਦੇ ਰਹਿੰਦੇ ਆ ਇਹਦੇ 'ਚ ਕੀ ਹੁੰਦਾ ਕਿ 7 ਵਾਰ ਉਹਨਾਂ ਨੇ ਛੜੀਆਂ ਮਾਰਨੀਆਂ ਨੇ ਇੱਕ ਦੂਜੇ ਨੂੰ ਅਤੇ ਜਿਹੜਾ ਪਹਿਲੇ ਮਾਰੇ ਦੇਖੀ ਜਾਈ ਬਾਕੀ ਤੁਸੀਂ ਵੀਡੀਓ ਦੇਖੀ ਹੋਏਗੀ ਤੁਹਾਨੂੰ ਸਮਝ ਆ ਗਿਆ ਹੋਏਗਾ ਜਿਨ੍ਹਾਂ ਨੇ ਇਹ ਚੀਜ਼ ਆਲਰੇਡੀ ਖੇਡੀ ਹੋਈ ਹੈ ਅਤੇ ਥੱਲੇ ਕਮੈਂਟ ਕਰਕੇ ਦੱਸੋ ਕਿ ਤੁਸੀਂ ਖੇਡੀ ਹੈ ਕਿ ਨਹੀਂ ਖੇਡੀ ਅਤੇ ਤੁਹਾਨੂੰ ਕਿਹੋ ਜਿਹੀ ਲੱਗੀ ਫਟਾਫਟ ਤੋਂ ਇੱਕ ਵਧੀਆ ਜਿਹਾ ਕਮੈਂਟ ਕਰ ਦਿਉ ਅਤੇ ਵੀਡੀਓ ਨੂੰ ਲਾਈਕ ਕਰ ਦਿਉ ਐਂਡ ਵੀਡੀਓ ਨੂੰ ਸ਼ੇਅਰ ਕਰ ਦਿਉ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹੋ ਜਿਹੇ ਵੀ ਰਿਵਾਜ਼ ਹੈਗੇ ਨੇ ਜਿਹੜੇ ਮਤਲਬ ਖੁਸ਼ੀ ਦਿੰਦੇ ਆ ਇੱਦਾਂ ਨਹੀਂ ਹੈ ਕੋਈ ਕਿ ਉਹਨਾਂ ਨੇ ਬਹੁਤ ਤੇਜ਼ ਮਾਰਨੇ ਆ ਬੜੇ ਪਿਆਰ ਨਾਲ ਮਾਰਿਆ ਜਾਂਦੇ ਤਾਂ ਕਿ ਇੱਕ ਮਾਹੌਲ ਵਧੀਆ ਜਿਹਾ ਬਣਾਉਣ ਲਈ ਅਤੇ ਇਹਦੇ ਪਿੱਛੇ ਹੀ ਇੱਕ ਕੋਈ ਵੱਡੀ ਕਹਾਣੀ ਹੈਗੀ ਹੈ ਮੈਂ ਕਈਆਂ ਨੂੰ ਪੁੱਛਿਆ ਬਟ ਪ੍ਰੋਪਰ ਕਿਸੇ ਨੂੰ ਪਤਾ ਨਹੀਂ ਹੈ ਅਤੇ ਠੀਕ ਹੈ ਅਸੀਂ ਵੀ ਇੰਜੋਏ ਕੀਤਾ ਅਤੇ ਤੁਸੀਂ ਕੀ ਕਰਨਾ ਹੈ ਤੁਹਾਨੂੰ ਪਤਾ ਹੈ ਵੀਡੀਓ ਨੂੰ ਲਾਈਕ ਕਰ ਦਿਉ ਕਮੈਂਟ ਕਰ ਦਿਉ ਸ਼ੇਅਰ ਕਰ ਦਿਉ ਅਤੇ ਅੱਜ ਹੁਣੇ ਅਸੀਂ ਰੈਸਟ ਕਰਨ ਆ ਗਏ ਹਾਂ ਰੈਸਟ ਕਰਕੇ ਹੁਣੇ ਪਾਰਟੀ ਵਾਸਤੇ ਹੋ ਰਹੇ ਹਾਂ ਤਿਆਰ ਹੁਣੇ ਰਾਤੀ ਹੈਗੇ ਫੰਕਸ਼ਨ ਡੀਜੇ ਨਾਈਟ ਅਤੇ ਵੀਡੀਓ ਨੂੰ ਇੱਧਰ ਹੀ ਕਲੋਜ਼ ਕਰ ਦਿੰਦੇ ਹਾਂ ਤੁਸੀਂ ਇੰਸਟਾਗ੍ਰਾਮ 'ਤੇ ਆਈਡੀ ਆ ਰਹੀ ਹੈ ਉੱਧਰ ਜਾ ਕੇ ਮੈਨੂੰ ਲਾਈਕ ਫੋਲੋ ਕਰ ਲਓ ਕਿਉਂਕਿ ਪਾਰਟੀ ਦੀ ਜਿੰਨੀ ਵੀ ਫੋਟੋਗ੍ਰਾਫਸ ਹੋਣਗੀਆਂ ਉਹ ਤੁਹਾਨੂੰ ਇੰਸਟਾਗ੍ਰਾਮ 'ਤੇ ਮਿਲਣਗੀਆਂ ਟਿਲ ਦੈਨ ਬਾਬਾਏ ਮੇਰਾ ਨਾਮ ਹੈ ਗੁਰਪ੍ਰੀਤ ਸਾਈਨਿੰਗ ਆਫ ਜੈ ਹਿੰਦ ਬਾਬਾਏ ਔਰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਮੈਨੂੰ ਰੈੱਡ ਕਲਰ ਬਿਲਕੁਲ ਨਹੀਂ ਪਸੰਦ ਅਤੇ ਰੈੱਡ ਕਲਰ ਨੂੰ ਫਟਾਫਟ ਕਲਿੱਕ ਕਰਕੇ ਗ੍ਰੇ ਕਲਰ ਕਰ ਦਿਉ ਗ੍ਰੇ ਕਲਰ ਮੇਰਾ ਫੇਵਰੇਟ ਹੈਗਾ ਬਾਬਾਏ